ਹਾਂਜੀ ਜੱਟੋ, ਹਾਂਜੀ ਕੀ ਵਧੀਆ ਹਾਲ ਵਧੀਆ ਬਾਈ, ਚਾਲ? ਫਿਰ ਮੈਂ ਹੋਰ ਕਲੇਰ, ਤੁਸੀਂ ਤੁਸੀਂ ਦੱਸੋ ਦੇਖਿਆ ਕਿਵੇਂ? ਕਲੇਰ ਵਾਈਟੀ ਤੇ ਯਾਰ ਫਾਰਮਿੰਗ ਸਿਮੂਲੇਟਰ ਬਾਈ ਦੀ ਇੱਕ ਹੋਰ ਘੈਂਟ ਜਿਹੀ ਨਵੀਂ ਵੀਡੀਓ 'ਚ ਫਿਰ ਤੋਂ ਉਹ ਵੈਲਕਮ ਹੈ ਸਾਰਿਆਂ ਦਾ, ਓਕੇ ਤੇ ਬਸ ਪਹਿਲਾਂ ਤਾਂ ਹੁੰਦਾ ਸੀ ਬਰਥਡੇ ਜਿਹੜੀ ਟਾਇਰ ਪਾਈ ਬੈਕਗ੍ਰਾਉਂਡ 'ਚ ਕਰਦਾ ਤੁਹਾਨੂੰ ਮੁੰਡਾ, ਸਾਊਂਡ ਜਿਹੀ ਆਈ ਜਾਂਦੀ ਹੈ, ਆ ਵੀ ਇਹ ਨਾ ਬਾਈ, ਸਾਰੇ ਨਵੇਂ ਆਪਣੇ ਲਿਆਂਦਾ ਭਰਾਵਾਂ ਨਾਲ ਆਪਾਂ ਮੁੰਡਾ, ਵੋਇਸ ਕਨੈਕਟਡ ਹੋ ਚੁੱਕੇ ਹਾਂ, ਠੀਕ ਬਾਈ ਹੈ? ਨਵੇਂ ਉਹ ਲਿਆਂਦੇ ਸੀ ਥੋੜੀ ਬਸ, ਜਿਹੀ ਦੂਰ ਹੁਣ ਆਪਣੇ ਤੋਂ, ਮੁੰਡਾ ਆਈ ਉਹਨਾਂ ਕੋਲ ਆਪਾਂ ਟਰੈਕਟਰ ਲੈ ਲੈ ਕੇ ਕੇ ਆਪਣੇ ਆਪਣੇ ਚੱਲਦੇ ਹਾਂ, ਤੇ ਹੁਣ ਰਲ ਕੇ ਚੱਲਾਂਗੇ ਤੋਂ ਆਪਾਂ ਬਾਈ, ਫਤਿਹਗੜ੍ਹ ਬਹੁਤ ਸਾਹਿਬ, ਠੀਕ ਵਧੀਆ ਹੈ? ਯਾਤਰਾ ਤੇ ਬਾਈ, ਕੀ ਹਾਲ ਬਾਕੀ ਆਪਣਾ ਵੀਡੀਓ ਵਧੀਆ ਟਾਈਮ ਲੱਗੇ ਲਾਈਕ, ਲੰਘ ਸ਼ੇਅਰ, ਗਿਆ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ, ਚੈਨਲ ਨੂੰ, ਜ਼ਰੂਰ ਸਪੋਰਟ ਕਰਿਓ, ਕੋਈ ਚੱਕਰ ਤੇ ਨਹੀਂ, ਕੋਈ ਚਲੋ ਚੱਕਰ ਨਹੀਂ ਬਾਈ, ਚੱਲੀਏ ਫਿਰ, ਠੀਕ ਹੈ? 855 ਆਪਣਾ ਰੈਡੀ ਹੈ, ਫੁੱਲ ਸਾਰੇ ਬੰਦੇ ਮਿਲੋ ਇੱਕ ਦੂਜੇ ਨੂੰ ਬਾਈ, ਪਾਵਰਫੁੱਲ ਹੈ, ਆ ਪਹਿਲਾਂ ਸਾਰੇ ਬਾਈ ਇੱਕ ਮਿੰਟ ਰੁਕ ਜਾਓ, ਤੇ ਬਾਕੀ ਤੁਸੀਂ ਆਪਣੇ ਟਰੈਕਟਰ ਦੀ ਕਹਿੰਦੇ ਸ਼ੋਅ ਦੇਖ ਸਕਦੇ ਹੋ, ਪਾਵਰਫੁੱਲ ਤੇ ਲਓ ਜੀ ਕਹਿੰਦੇ ਹਜੂਰ ਮਾਨ ਸਾਡਾ ਵੀਰ ਪਹੁੰਚ ਚੁੱਕਿਆ ਇੱਥੇ। ਓ ਕੀ ਹਾਲ ਆ ਹਜੂਰ? ਹੈਲੋ ਹੈਲੋ ਹੈਲੋ, ਵਧੀਆ ਵਧੀਆ, ਤੁਸੀਂ ਦੱਸੋ? ਵਧੀਆ ਵਧੀਆ, ਆ ਗਿਆ? ਹਾਂਜੀ, ਚਲੋ ਚੱਲੀਏ। ਚਲੋ 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 ਯਾਰ, ਬੰਦੇ ਵੇਟ ਕਰ ਰਹੇ ਆ ਸਾਡੀ। ਇੱਧਰ ਨੂੰ ਆ ਜਾ, ਇੱਧਰ ਨੂੰ। ਲਓ ਜੀ ਚੱਲ ਪਏ ਆਪਾਂ, ਠੀਕ ਹੈ? ਹੁਣ ਬੰਦਿਆਂ ਦੇ ਕੋਲ, ਆਪਣੇ ਨਾਲਦਿਆਂ ਦੇ ਕੋਲ ਪਹੁੰਚੀਏ, ਬਾਕੀ ਟਰਾਲੇ ਵੀ ਆਏ ਹੋਏ ਆ। ਲਓ ਜੀ ਜਾਂਦਾ ਫਿਰ, ਝੋਟਾ ਉੱਡਿਆ ਹੈ। ਕਿਡਾਉਂਦਾ ਭੱਜਿਆ, ਇਹਨੂੰ ਨਾ ਆਇਆ ਚਲਾਉਣਾ ਟਰੈਕਟਰ। ਚਲ ਆਵੇ ਨਾਲ ਹੀ, ਬਹਿ ਜਾ ਫਿਰ, ਚੱਲੀਏ। ਮਗਰ ਬਾਈ ਸਾਡਾ ਗੱਡੀ ਲੈ ਕੇ ਲਗਾ ਆਉਂਦਾ। ਤੇ ਆਹ ਪੋਲਟ ਆਪਾਂ ਕੀ ਕਹਿੰਦੇ ਸੀ ਬੰਦੇ ਵੀ ਅਸੀਂ ਨੇੜੇ ਹੀ ਖੜੇ ਹਾਂ ਇਹ ਤੋਂ, ਬਾਕੀ ਦੇਖਦੇ ਹਾਂ ਆਪਾਂ ਮੋੜ ਦੇ ਉੱਤੇ ਕਿੱਥੇ ਲੱਭ ਜਾਣਗੇ ਆਪਾਂ ਨੂੰ। ਜਾਣਾ ਕਿੱਥੇ ਹੈ? ਲਓ ਜੀ ਕਹਿੰਦੇ ਸਾਰਿਆਂ ਲੱਗਦਾ ਨਿਸ਼ਾਨ ਸਾਹਿਬ ਇੱਕੋ ਉਹਨਾਂ ਹੀ ਬਣਵਾਏ ਹੋਏ ਸੀ। ਜਾਓ ਖੜੇ ਟਰਾਲੇ ਬਈ, ਮੁੰਡੇ ਉਹ ਨੇੜੇ ਹੀ ਆ ਗਿਆ, ਆਪਾਂ ਪਹੁੰਚ ਗਿਆ ਬਸ ਇਹਨਾਂ ਦੇ ਕੋਲ। ਉਹ ਬੱਲੇ ਬੱਲੇ ਬੱਲੇ, ਟਰਾਲੇ ਹੀ ਬੜੇ ਆਏ ਹੋਏ ਆ। ਉਹ ਕੀ ਹਾਲ ਹੈ ਸਾਰਿਆਂ ਦਾ ਜੀ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਫੌਜਾਂ ਖੜੀਆਂ ਹੈ। ਲਓ ਜੀ ਮੁੰਡਿਓ, ਕਹਿੰਦੇ 5 ਝੋਟੇ ਆਏ ਹੋਏ ਆ ਜਮਾਂ। ਆਪਾਂ ਲਾ ਦਈਏ ਮਾੜਾ ਜਿਹਾ ਇਹਨੂੰ ਸੈੱਟ ਕਰਕੇ, ਆਪਾਂ ਵੀ ਨਾਲ ਲਾਈਏ ਟਰੈਕਟਰ, ਆਪਣਾ ਲਾਈਨ 'ਚ ਲਾਈਏ ਅਸੀਂ ਵੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਮਾਨ ਸਾਹਿਬ ਹਾਲੇ ਨਹੀਂ ਸਿਰ ਤੇ ਲਾਓ ਕੁਛ, ਸਿਰ ਤੇ ਲਾਓ ਜੀ, ਸਿਰ ਤੇ ਲਾਓ ਕੁਛ, ਲੈਣੇ ਜੀ, ਲੈਣੇ ਲੈਣੇ ਜੀ ਸਾਰੇ ਜਾਣੇ। ਬਸ ਬਾਈ ਸਾਰੇ ਇੱਕ ਜਾਣੇ ਸਾਥੋਂ, ਗਲਤੀ ਸਾਡੀ ਆ ਵੀ ਪੱਗ ਨਹੀਂ ਬੰਨੀ ਜਾਂਦੀ ਇਹਦੇ ਵਿੱਚ, ਜੇ ਬੰਨੀ ਜਾਂਦੀ ਤਾਂ ਅਸੀਂ ਉਹ ਵੀ ਬੰਨ ਲੈਂਦੇ। ਲਓ ਜੀ ਬਾਕੀ ਕਹਿੰਦੇ ਆਪਾਂ ਇੱਥੇ ਪਹੁੰਚ ਚੁੱਕੇ ਹਾਂ, ਅਤੇ ਥੋੜ੍ਹਾ ਜਿਹਾ ਬਾਈ ਆਪਣੇ ਇੱਥੇ ਗੇਮ 'ਚ ਇੱਕ ਇੰਨਾ ਕੁ ਚੱਕਰ ਆ ਵੀ ਆਪਾਂ ਪਰਨਾ ਨਹੀਂ ਆਪਣੇ ਪਲੇਅਰ ਦੇ ਬਣ ਸਕਦੇ, ਅਤੇ ਨਾ ਇਹਦੇ ਮਤਲਬ ਜਿਵੇਂ ਬੂਟ ਪਾਏ ਹੋਏ ਹੈ ਨਾ, ਜਿਵੇਂ ਆਪਣੀ ਯਾਤਰਾ ਚੱਲੇ ਹਾਂ ਅਤੇ ਆਪਾਂ ਲਾਹ ਨਹੀਂ ਸਕਦੇ,
ਇਸੇ ਕਰਕੇ ਅਸੀਂ ਕੁਛ ਚੀਜ਼ਾਂ ਇਹਦੇ ਵਿੱਚ ਮਤਲਬ ਰੱਖਦੇ ਹਾਂ ਵੀ ਆਪਾਂ ਜੋ ਚੀਜ਼ ਨਹੀਂ ਹੁੰਦੀ ਤਾਂ ਆਪਾਂ ਜ਼ਿਆਦਾ ਵੀ ਕੋਈ ਰੂਲ ਰੈਗੂਲੇਸ਼ਨ ਆਪਾਂ ਤੋੜੀਏ ਨਾ ਕਿਸੇ ਚੀਜ਼ ਨੂੰ, ਹੈ ਨਾ, ਮਰਿਆਦਾ ਨੂੰ। ਇਸੇ ਕਰਕੇ ਅਸੀਂ ਬਸ ਜਿੰਨਾ ਕੁ ਹੋ ਸਕਦਾ ਇੰਨਾ ਕਰ ਰਹੇ ਹਾਂ। ਬਾਕੀ ਜੇ ਵੀ ਕੋਈ ਵੀ ਸਾਡੇ ਤੋਂ ਕੋਈ ਕਿਸੇ ਤਰ੍ਹਾਂ ਦੀ ਗਲਤੀ ਹੁੰਦੀ ਹੈ ਤਾਂ ਛੋਟੇ ਭਰਾ ਸਮਝ ਕੇ ਮਾਫ਼ ਕਰਦੇ ਆ ਜੇ। ਬਾਕੀ ਆਪਣੇ ਬੰਦੇ ਕਹਿੰਦੇ ਇਹਨਾਂ ਕੁਛ ਚੱਲਦੇ ਆ, ਕਦੋਂ ਕੁਛ ਚੱਲਣਾ ਫਿਰ, ਤੋਰਨੇ ਆ ਟਰੈਕਟਰ ਸਾਰੇ। ਥੋੜ੍ਹੀ ਥੋੜ੍ਹੀ ਤੁਹਾਨੂੰ ਗੇਮ 'ਚ ਲੈਗ ਨਾ ਦਿਸੂਗੀ, ਕਿਉਂਕਿ ਉਹ ਇਸੇ ਕਰਕੇ ਦੇਖੂਗੀ ਕਿਉਂਕਿ ਸਾਰੇ ਹੀ ਸਾਡੇ ਆਹ ਪੰਜੇ ਟਰਾਲੇ ਮੋੜ ਆ, ਪੰਜੇ ਟਰੈਕਟਰ ਮੋੜ ਆ, ਠੀਕ ਆ, ਅਤੇ ਮਤਲਬ ਇੱਕੋ ਜਗ੍ਹਾ ਸਾਰੇ ਇਕੱਠੇ ਹੋਏ ਆ, ਅਤੇ ਇਸੇ ਕਰਕੇ ਚੱਕਰ ਪੈਂਦਾ ਥੋੜ੍ਹਾ ਜਿਹਾ, ਠੀਕ ਹੈ। ਉਹ ਟੋਰੀਏ ਫਿਰ, ਟਰੈਕਟਰ ਗਰਮ ਕਰ ਲਈ ਫਿਰ ਆਪਾਂ ਵੀ। ਹਾਂ ਕਰ ਲਓ ਸਟਾਰਟ ਸਾਰੇ ਜਾਣੇ, ਮੁੜ ਕੇ ਕਿਧਰ ਆਹਾਂ ਨਾ ਜੀਪੀਐਸ ਲਾ ਲਿਓ ਬਈ, ਜਿਹੜਾ ਪੈਸ ਦੇ ਕੇ ਆਹ ਬੱਲੇ ਬੱਲੇ ਆਹ ਗੱਡੀ ਜਾਂਦੀ ਹੈ। ਸਾਰੇ ਜਾਣੇ ਸਪੀਡ ਬਸ ਲਿਮਟਡ ਜੀ ਰੱਖਿਓ, ਕਦੇ ਨੁਕਸਾਨ ਨਾ ਕਰਾ ਲਿਓ ਆਪਣਾ। ਹੁੱਲੜਬਾਜੀ ਨਾਟ ਅਲਾਊਡ। ਉਹ ਫੋਲੋ ਕਿਹਨੂੰ ਕਰਨਾ, ਕਿਹਦੇ ਮਗਰ ਜਾਣਾ? ਜੀਪ ਜਾਊਗਾ ਅੱਗੇ ਕਿ T7 ਜਾਊਗਾ? ਓਕੇ ਓਕੇ, ਨਹੀਂ ਫਿਰ ਮੈਂ ਮਗਰੋਂ ਸਾਰਿਆਂ ਨੂੰ ਚੁੱਕ ਦਾਂਗਾ, ਜਿਹੜਾ ਕਿ ਨਹੀਂ ਸਨੀ ਵਰਗਾ ਪਕੌੜੇ ਖਾਂਦਾ ਰਾਹ 'ਚ ਰਹਿ ਕੇ ਉਹਨੂੰ ਲੈ ਆਊਂਗਾ ਮੈਂ। ਲਓ ਜੀ ਬੰਦੇ ਹੁਣ ਟੁਰ ਲੱਗੇ ਹਾਂ ਅਸੀਂ ਆਪਣੇ ਟਰਾਲੇ ਲੈ ਕੇ, ਠੀਕ ਹੈ। ਬਾਕੀ ਸਪੋਰਟਾਂ ਜ਼ਰੂਰ ਕਰਿਓ ਮੁੰਡਿਓ, ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ। ਜੀ ਦੇਖਦੇ ਹਾਂ ਕਿੱਧਰ ਨੂੰ ਜਾਂਦੇ ਆ ਟਰਾਲੇ ਆਪਣੇ, ਤੇ ਮਗਰ ਟਰਾਲਿਆਂ 'ਚ ਸੰਗਤਾਂ ਬੈਠੀਆਂ ਨੇ, ਬਸ ਠੰਡ ਬੜੀ ਲੱਗਦੀ ਹੈ, ਕਹਿੰਦੇ ਇਸੇ ਕਰਕੇ ਬੰਦ ਕੀਤੇ ਹੋਏ ਨੇ ਕਿਉਂਕਿ ਅੰਦਰ ਹੀਟਰ ਲਾਏ ਹੋਏ ਨੇ ਆਪਾਂ। ਸਤਿ ਸ੍ਰੀ ਅਕਾਲ, ਲਓ ਜੀ ਚਲੋ ਜੀ ਚਲੋ ਚਲੋ, ਅੜ ਅੜ ਕੇ ਚੱਲ ਰਹੇ ਆ ਕਿ ਸਾਨੂੰ ਦਿਸ ਰਹੀ ਹੈ ਵੀ। ਬਈ ਵਾਰੀ ਵਾਰੀ ਜਾਣਗੇ, ਠੀਕ ਹੈ, ਨਿਕਲ ਰਹੇ ਆ ਨਿਕਲ ਰਹੇ ਆ। ਲਾਓ ਲਾਓ ਅਗਾਂ ਲਾਓ ਲਾਓ ਸਾਰੇ ਅਗਾਂ ਲਾ ਲਓ ਟਰਾਲੇ। ਆਪਾਂ ਲਾ ਲਈਏ ਵਿੱਚ ਲੈਣ 'ਚ, ਕਿਤੇ ਸਾਨੂੰ ਮਗਰ ਨਾ ਛੱਡ ਦੇਣ। ਲਓ ਜੀ ਜਾਂਦੀਆਂ ਫੌਜਾਂ ਹੈ। ਉਹ ਦੇਖੀ ਦੇਖੀ ਭਾ ਹੌਲੀ ਰੱਖ। ਲਓ ਜੀ ਕਹਿੰਦੇ ਚੱਲੀ ਜਾਂਦੇ ਆਪਾਂ। ਮੈਂ ਰਸਤਾ ਵੇਖਣਾ ਹੁੰਦਾ ਨਾ ਮੂਹਰੇ ਜਾ ਕੇ, ਫਿਰ ਸਾਰਾ ਦੱਸਣੀਆਂ ਚੀਜ਼ਾਂ।
ਹਾਂ ਉਤਰ ਕੇ ਚਾਚੇ ਨੇ ਵੇਖਣਾ ਹੁੰਦਾ ਨਾ ਵੀ ਪਕੌੜਿਆਂ ਦਾ ਲੰਗਰ ਕਿੱਥੇ ਲੱਗਾ ਵੀ ਪਹਿਲਾਂ ਲੰਘ ਨਾ ਜਾਈਏ ਅਸੀਂ। ਲਓ ਜੀ ਜਾਂਦੇ ਝੋਟੇ ਉੱਡਦੇ ਹੈ ਸਾਡੇ ਨਾਲ ਹੀ ਰੜਿਆ ਜਾਣਾ ਅਸੀਂ ਰੇਸ ਖੋਲੀ ਹੋਈ ਹੈ। ਉਹ ਜਾਂਦੇ ਨੀ ਬੱਲੇ 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 ਹੈ ਕਿਆ ਬਾਤ ਹੈ। ਆ ਜਾਂਦਾ ਝੋਟਾ ਫਿਰ ਗਿਆ ਹੀ ਗਾਂ ਨੂੰ ਕਿਆ ਬਾਤ ਆ ਮੁੰਡੇ ਹੈ। ਬਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਦੱਬ ਕੇ ਸ਼ੇਅਰ ਕਰਨਾ ਤੁਸੀਂ ਸਾਰਿਆਂ ਨੇ ਥੋੜ੍ਹਾ ਬਹੁਤਾ ਨੈੱਟ ਕਰਕੇ ਮਾੜੀ ਮੋਟੀ ਪਿੰਗ 'ਚ ਹੋ ਜਾਂਦਾ ਕਦੇ ਉੱਨੀ ਇੱਕੀ ਠੀਕ ਹੈ। ਆ ਜਾਂਦਾ ਪ੍ਰਾਣ ਬਾਈ ਜਿਹੜਾ ਟਰੈਕਟਰ ਭੱਜਿਆ ਹੈ ਇਹਦੀ ਰੇਸ ਇਹਨੇ ਵੱਧ ਖੋਲ੍ਹੀ ਹੈ ਮੈਨੂੰ ਲੱਗਦਾ ਇਹਨਾਂ ਨੇ ਸਾਡੇ ਤੋਂ ਸਾਰੇ ਹੀ ਗਾਂ ਲੰਘੀ ਜਾਂਦੇ ਯਾਰ ਅਸੀਂ ਫਿਰ ਰੇਸ ਨਹੀਂ ਨਾ ਖੁੱਲੀ ਹੁੱਲੜਬਾਜੀ ਸਾਡੇ 'ਚ ਹੈ ਨਹੀਂ ਜਮਾਂ ਵੀ ਅਸੀਂ ਨੋਰਮਲ ਸਪੀਡ ਜਾ ਰਹੇ ਹਾਂ ਠੀਕ ਹੈ। ਇਹ ਇਹਨਾਂ ਨੇ ਚੌਖੇ ਖੋਲੀਆਂ ਰੇਸਾਂ ਆ ਇੱਕ ਹੋਰ ਮਗਰ ਆ ਰਿਹਾ ਵੀਰੇ ਵੀ ਲੰਘ ਗਿਆ ਉਹ ਪਲਟਾ ਤੇ ਉਹ ਪਲਟਾ ਤੇ ਉਹ ਪਲਟਾ ਤੇ ਉਹ ਦੇਖੋ ਉਹ ਯਾਰ ਕਰਤਾ ਕੰਮ ਉਹੀ ਕਰਤਾ ਉਹੀ ਕੰਮ ਇਹਨਾਂ ਨੇ ਕਰਤਾ ਉਹੀ ਕੰਮ। ਉਹ ਠੀਕ ਆ ਪ੍ਰੋਗਰਾਮ ਠੀਕ ਹੈ ਉਹ ਇੱਕ ਦੇ T7 ਵਾਲੇ ਨੇ ਪਿੱਛੇ ਪਤਾ ਨਹੀਂ ਕਿਹੜਾ ਡੱਬਾ ਪਾਇਆ ਦੂਜੇ ਨੂੰ ਦੇਖਦਾ ਜਾਂਦਾ ਤਨੀ ਗਿਆ ਵੀ ਉਹ ਹੈ ਜਿਹੜਾ ਸਭ ਤੋਂ ਅੱਗੇ ਕੱਢ ਕੇ ਗਿਆ ਸੀ ਟਰੈਕਟਰ ਹਾਂ ਹਾਂ ਦੇਖ ਕੇ ਦੇਖ ਕੇ ਬ੍ਰਾਂਡ ਬਾਈ ਜੀ ਗਾਹ ਕਰੋ ਗਾਹ ਕਰੋ ਬਾਬੇ ਦੀ ਕਿਰਪਾ ਨਾਲ ਸਿੱਧਾ ਕਰਤਾ ਬਚਤ ਰਹਿ ਗਈ ਬੰਦੇ ਦੀ ਪਿੱਛੇ ਕਹਿੰਦੇ 60-55 ਵਾਲਾ ਮੇਰਾ ਵੀਰ ਉਸ ਤੋਂ ਬਾਅਦ 36-30 ਨਾਲ ਕਹਿੰਦੇ ਹਰਿਆਣੇ ਵਾਲੇ ਆਏ ਹੋਏ ਆ ਸ਼ਿੰਗਾਰੇ ਹੋਏ ਟਰੈਕਟਰ ਚੈੱਕ ਕਰੋ ਯਾਰ ਪੂਰੇ ਟਰਾਲੀਆਂ ਦੇਖੋ ਕੀ ਬਾਤ ਹੈ ਪੈਸਾ ਬੋਲਦਾ ਕਹਿੰਦੇ
ਉਹ ਤੈਨੂੰ ਚਲਾਉਣਾ ਨਹੀਂ ਆਉਂਦਾ ਟਰੈਕਟਰ, ਫੇਰ ਮਗਰ ਮਗਰ ਕਰੀ ਜਾਂਦਾ ਬੇਬੇ। ਆ ਇੱਧਰ ਕਹਿੰਦੇ ਜੀ ਬਰਾੜ ਬਾਈ ਹੁਣ ਦਾ ਟਰੈਕਟਰ ਖੜਾ ਹੋਇਆ ਹੈ ਵੀ, ਨਾਲ ਨੇ ਆਪਣੇ ਐਤਕੀ ਆਏ ਹੋਏ ਟਰਾਲੇ ਖੜੇ ਆ, ਬਾਕੀ ਹੁਣ ਭੱਟੀ ਸਾਹਿਬ ਪਹੁੰਚ ਰਹੇ ਆ ਤੇ ਆਪਾਂ ਫਿਰ ਚੱਲਦੇ ਆ ਟਰਾਲੇ ਲੈ ਕੇ, ਠੀਕ ਹੈ। ਲੜਨੇ ਕਾ ਨਹੀਂ, ਬਾਕੀ ਚੱਲਣ ਲੱਗੇ ਆ ਮੈਨੂੰ ਲੱਗਦਾ। ਆਪਾਂ ਯਾਰ ਸਭ ਨੂੰ ਮਗਰ ਰੱਖੀਏ, ਨਹੀਂ ਤਾਂ ਅਸੀਂ ਇਕੱਠੇ ਵੜ ਜਾਂਦੇ ਨਾ, ਸਾਡਾ ਸਿਸਟਮ ਹੀ ਇੱਦਾਂ ਦਾ ਲੈਗ ਹੋ ਜਾਂਦੇ ਆ, ਠੀਕ ਹੈ। ਹੌਲੀ ਹੌਲੀ ਚੱਲਾਂਗੇ ਆਪਾਂ, ਅੱਗੇ ਤੋਂ ਨਾ ਕਰੀਆਂ ਕੁਝ, ਅਗਲੀ ਵਾਰ ਹੀ ਲੈ ਕੇ ਆਉਣਾ ਨਾਲ। ਆਪਣੇ ਮਗਰ ਕੋਈ ਟਰਾਲੀ ਨਹੀਂ, ਆਪਾਂ ਸਭ ਤੋਂ ਮਗਰ ਚੱਲਦੇ ਆ। ਵੈਸੇ ਵੀ ਅਸੀਂ ਮਗਰ ਰਹਿ ਜਾਣਾ, ਅਸੀਂ ਕਿਹੜਾ ਰੇਸਾਂ ਖੋਲੀਆਂ। ਕਿੰਨੀ ਕੁ ਦੂਰ ਆ ਧਾਲੀਵਾਲ ਬਾਈ? ਹੋਰ ਬਸ ਬਾਈ ਨੇੜੇ ਹੀ ਆ, ਬਸ ਪਹੁੰਚਣ ਵਾਲੇ ਆ। ਆਹੋ ਹੋ 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 ਸਹੀ ਚੱਲ ਰਹੀ, ਕੀ ਹੋਈ ਜਾਂਦਾ ਬਰਾੜ ਦਾ, ਮੈਨੂੰ ਤਾਂ ਕੀ ਹੁੰਦਾ ਹੋਵੇ। ਲਓ ਜੀ ਆਜੋ ਆਜੋ, ਸਹੀ ਕਰਨ ਸਹੀ ਕੀ ਕੰਮ ਹੋਈ ਜਾਂਦਾ, ਮੈਨੂੰ ਇਹ ਨਹੀਂ ਸਮਝ ਆ ਰਹੀ, ਠੀਕ ਹੈ। ਬਾਈ ਮੇਰੀ ਗੇਮ ਲੈਗ, ਮਾਫੀ ਬਖਸ਼ ਦਿਆ ਤੇ ਮਾਫੀ। 500 ਦੀ ਸਪੀਡ ਟਰੈਕਟਰ ਨੇ ਚੁੱਕ ਲਈ, ਕਰਕੇ ਨਾ ਕਰਦੀ ਵੀ ਆਪਾਂ ਜਿਹੜੀ ਚੀਜ਼ਾਂ ਲਾਈਆਂ ਨਾ ਉਹਦੇ ਕਰਕੇ ਵੀ ਹੋ ਜਾਂਦੀ। ਕੋਈ ਨਾ ਕੋਈ ਨਹੀਂ, ਬਸ ਹਾਂ ਦੂਰ ਰੱਖਿਓ ਥੋੜਾ। ਚਲੋ ਲਓ ਵੀ ਮੁੰਡੇ ਪਹੁੰਚਣ ਵਾਲੇ। ਲਓ ਜੀ ਆਪਾਂ ਲੱਗ ਗਏ ਨੇੜੇ। ਕਿਉਂ ਬਾਈ ਕਾਫਲਾ ਕਿੱਡਾ ਵੱਡਾ, ਉਹ ਦੂਰ ਦੂਰ ਤੱਕ ਕਹਿੰਦੇ ਵੀ ਟਰੈਕਟਰੀ ਦਿਖੀ ਯਾਰ। ਆਪਾਂ ਆਰਾਮ ਨਾਲ ਹੀ ਚੱਲਾਂਗੇ ਯਾਰ, ਆਪਾਂ ਗੇਮ ਸਿਸਟਮ ਸਾਡਾ ਲੈਗ ਹੋ ਜਾਂਦੀ ਗੇਮ, ਸਾਡੀ ਨੈਟ ਦੀ ਸਪੀਡ ਘੱਟ ਆ ਸਾਡੇ। ਮਗਰ ਇੱਕ ਜੀਪ ਵਾਲਾ ਵੀਰ ਹੈਗਾ ਸਾਡੇ, ਹਜੂਰ ਮਾਨ, ਉਹ ਜੀਪ ਵਾਲਾ ਮੇਰਾ ਵੀਰ ਮੇਰੇ ਵਾਂਗ ਹੌਲੀ ਹੌਲੀ ਆਉਂਦਾ। ਆਹ ਦੇਖੋ ਲਾਈਕ ਜ਼ਰੂਰ ਕਰਿਓ, ਬਾਕੀ ਠੀਕ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ, ਅਸੀਂ ਜਿੰਨਾ ਕੁ ਆਪਣੇ ਲੋਕ ਕਰ ਸਕਦੇ ਅਸੀਂ ਕਰਾਂਗੇ, ਠੀਕ ਹੈ। ਆਡੀਅੰਸ ਸਾਡੀ ਸਪੋਰਟ ਕਰਨਾ ਚਾਹੀਦਾ, ਸਾਡਾ ਸਾਥ ਦੇਵੇਗੀ ਤਾਂ ਹੋਰ ਵੀ ਵਧੀਆ ਕਰਾਂਗੇ ਤੂੰ, ਠੀਕ ਹੈ। ਪਤਾ ਕੀ ਯਾਰ, ਅਸੀਂ ਗੁਰਦੁਆਰਾ ਸਾਹਿਬ ਦੇ ਮਾਡਲ ਵੀ ਬਣਨ ਨੂੰ ਬਣ ਜਾਂਦੇ ਆ, ਚੱਕਰ ਪਤਾ ਕੀ ਆ, ਫਿਰ ਆਪਣੇ ਪਲੇਅਰਾਂ ਦੀ ਨਾ ਤਾਂ ਸਿਰ 'ਤੇ ਪਰਨੇ ਵੱਜਦੇ ਨਾ ਉਹ ਹੁੰਦੀ, ਅਸੀਂ ਗੇਮ ਦੇ ਵਿੱਚ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਮਰਿਆਦਾ ਨੂੰ ਤੋੜਨਾ ਨਹੀਂ ਚਾਹੁੰਦੇ, ਠੀਕ ਹੈ। ਅਤੇ ਇਸੇ ਕਰਕੇ ਬਸ ਸਹੀ, ਆਪਾਂ ਵੀ ਜੋ ਜਿੰਨਾ ਕੁ ਹੈ ਬਹੁਤ ਆ। ਬਾਕੀ ਲਓ ਜੀ ਆਪਣੇ ਟਰੈਕਟਰ ਉੱਥੇ ਪਹੁੰਚ ਗਿਆ ਲੱਗਦਾ ਗੁਰਦੁਆਰਾ ਸਾਹਿਬ 'ਤੇ, ਆਪਾਂ ਹੀ ਪਹੁੰਚਦੇ ਹਾਂ, ਠੀਕ ਹੈ ਉਹਨਾਂ ਦੇ ਨਾਲ ਨਾਲ। ਓ ਬੱਲੇ ਬੱਲੇ ਬੱਲੇ, ਲਓ ਜੀ ਗੁਰਦੁਆਰਾ ਸਾਹਿਬ ਆਪਾਂ ਆ ਗਏ ਨੇੜੇ, ਪਹੁੰਚ ਚੁੱਕੇ ਹਾਂ, ਪਹੁੰਚ ਗਏ ਮੁੰਡੇ ਸਾਰੇ। ਆ ਦੇਖੋ ਟਰੈਕਟਰ ਆਈ ਜਾਂਦੇ ਨੇ, ਸੰਗਤ ਬਹੁਤ ਪਹੁੰਚੀ ਹੋਈ ਆ ਕਹਿੰਦੇ। ਉਹ ਦੇਖੋ ਜੀ ਝੂਲ ਤੇ ਰਹਿਣ ਸਦਾ ਨਿਸ਼ਾਨ ਪੰਥ ਮਹਾਰਾਜ ਕੇ, ਕਹਿੰਦੇ ਇਸ ਵਾਰ ਟਰੈਕਟਰ ਆਇਆ ਸਿੱਧਾ। ਉਹ ਦੇਖੋ ਕੇ ਤੋਂ ਅਸੀਂ ਇਸੇ ਕਰਕੇ ਬਸ ਥੋੜਾ ਜਿਹਾ ਜਿਵੇਂ ਵੀ ਹੈ ਵਧੀਆ ਕੀਤਾ ਕੰਮ। ਪਾਕਿਸਤਾਨ ਆਏ ਬਾਕੀ, ਲਓ ਜੀ ਟਰੈਕਟਰ ਪਹੁੰਚ ਗਏ। ਬਰਾਬਰ ਲਾ ਦੀ ਆਪਾਂ, ਥੋੜਾ ਜਿਹਾ ਨਾ ਗੈਪ ਤੇ ਲਾਉਣੇ ਪਏ ਟਰੈਕਟਰ। ਬਈ ਸਾਰੇ ਜਣੇ ਧਿਆਨ ਨਾਲ ਲਾਇਓ ਟਰੈਕਟਰ, ਠੀਕ ਹੈ। ਆਜੋ ਆਜੋ ਬਈ, ਲਓ ਜੀ ਚੈੱਕ ਕਰੋ, ਆ ਵੀ ਪਹੁੰਚ ਗਿਆ ਟਰੈਕਟਰ ਸਾਰੇ ਇੱਥੇ। ਓ ਮੇਰੇ ਵੀਰੇ, ਹਾਂਜੀ ਧਾਲੀਵਾਲ ਸਾਹਿਬ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ।
ਆ ਬਾਈ ਜੀ ਸਾਰਿਆਂ ਤੇ 6 4 ਵਜ ਕੇ ਸ਼ਾਮ ਦੇ ਆਜੋ ਪਹੁੰਚੋ ਪਹੁੰਚੋ ਕਿਰ ਆ ਗਏ ਜੀ ਆ ਗਏ ਬੰਦ ਕਰਦੇ ਸਾਰੇ ਜਾਣੇ ਸਾਰੇ ਜਾਣੇ ਬੰਦ ਕਰਦੇ ਆ ਮੈਂ ਵੀ ਬੰਦ ਕਰਦਾ ਬਰਾਬਰ ਲਾ ਦੀ ਆ ਆਪਾਂ ਟਰੈਕਟਰ ਬਹੁਤ ਹੀ ਜ਼ਿਆਦਾ ਵਧੀਆ ਬਾਈ ਸਾਰੇ ਸਿੱਟੀ ਸਾਡੇ ਪਹੁੰਚ ਗਏ ਆ ਹਾਂਜੀ ਹਾਂਜੀ ਕਿਰਾ ਮਾਹੌਲ ਬਾਈ ਇੱਕ ਵਾਰੀ ਲਓ ਜੀ ਆਪਾਂ ਸਾਰੇ ਪਹੁੰਚ ਗਏ ਠੀਕ ਹੈ ਤੁਸੀਂ ਦੇਖੋ ਟਰੈਕਟਰ ਸਾਡੇ ਸਾਰੇ ਪਹੁੰਚ ਚੁੱਕੇ ਆ ਕਿਆ ਬਾਤ ਬਾਬਿਆਂ ਨੂੰ ਕਰੀਏ ਨਮਸਕਾਰ ਲਓ ਜੀ ਸਾਰੇ ਜਾਣੇ ਦੇਖੋ ਮੁੰਡਿਓ ਫਿਰ ਦੇਖੋ ਬਈ ਸੰਗਤ ਬਹੁਤ ਪਹੁੰਚੀ ਹੋਈ ਆ ਤੇ ਧਿਆਨ ਨਾਲ ਸਾਰੇ ਜਾਣੇ ਲਓ ਜੀ ਸਾਡਾ ਬੰਦਾ ਕਹਿੰਦੇ ਜੀ ਇੱਕ ਵਾਰੀ ਫੋਟੋ ਖਿੱਚ ਲੈਨੇ ਆਪਾਂ ਖੜ ਕੇ ਇੱਥੇ ਬਈ ਹਾਂਜੀ ਹਾਂਜੀ ਕਿਵੇਂ ਆ ਮੋਬਾਈਲ ਦੀ ਟਾਰਚ ਤੁਹਾਡਾ ਬੰਦ ਕਰ ਲਾ ਉਹ ਦੇਖੋ ਉੱਤੇ ਫਲੈਟਾਂ ਲੰਘ ਰਹੀਆਂ ਹੈ ਮੇਰਾ ਜ਼ਿਆਦਾ ਸੀਗਾ ਤਾਂ ਕਰਕੇ ਤਾਂ ਲਾਈ ਹੋਈ ਸੀ ਬਈ ਕਿਆ ਬਾਤ ਹੈ ਕਿਆ ਬਾਤ ਹੈ ਜੀ ਸਾਰੇ ਜਾਣੇ ਹਾਂਜੀ ਹਾਂ ਆ ਗਿਆ ਜੀ ਆ ਗਿਆ ਆ ਗਿਆ ਆ ਗਿਆ ਲਓ ਜੀ ਮੁੰਡਿਓ ਤੁਸੀਂ ਵੀ ਕਰੋ ਦਰਸ਼ਨ ਮੇਲੇ ਸ੍ਰੀ ਵਾਹਿਗੁਰੂ ਬਸ ਸੁਖ ਬਖਸ਼ੀ ਬਾਈ ਸਾਰੇ ਜਾਣੇ ਜਿੰਨੇ ਬਾਬਾ ਜੀ ਆਏ ਤੁਹਾਡੇ ਦਰਾਂ ਤੇ ਸਾਰਿਆਂ ਨੂੰ ਤੇ ਸਿਰ ਤੇ ਖੁਸ਼ੀਆਂ ਪਰ ਹੱਥ ਰੱਖੋ ਤੇ ਆਜੋ ਬਾਈ ਤੇ ਲਓ ਜੀ ਮੁੰਡਿਓ ਆਪਾਂ ਕਰ ਲਿਆ ਦਰਸ਼ਨ ਮੇਲੇ ਠੀਕ ਹੈ ਹੁਣ ਦੇਖੋ ਆਪਣੇ ਬੰਦੇ ਹੁਣ ਤੋਰਦੇ ਆ ਟਰੈਕਟਰ ਕੇ ਇਹ ਹਾਂਜੀ ਫਿਰ ਧਾਲੀਵਾਲ ਸਾਹਿਬ ਹੁਣ ਕੀ ਪ੍ਰੋਗਰਾਮ ਲੰਗਰ ਛਕ ਕੇ ਚੱਲਦੇ ਆ ਸੋ ਕਰੋ ਪਲਾਨ ਸਾਰੇ ਜਾਣੇ ਤੇ ਕੀ ਕਰਨਾ ਹੁਣ ਤੁਸੀਂ ਅੱਗੇ ਜਾਣਾ ਸਹੀ ਆ ਇਹ ਇਹ ਨਹੀਂ ਆ ਗਿਆ ਇਹ ਤਾਂ ਫਿਰ ਇੱਥੋਂ ਤੱਕ ਕਰ ਲੈਨੇ ਆ ਹਨਾ ਸਹੀ ਆ ਬਿਲਕੁਲ ਬਿਲਕੁਲ ਹਾਂ ਇੱਕ ਵਾਰੀ ਆ ਟਰੈਕਟਰ ਜਾਂ ਮੈਂ ਨਾ ਚੱਕ ਕੇ ਉਹ ਲੈ ਲੈਨੇ ਥੰਬ ਨੇ ਜੀ ਗੁਰਦੁਆਰਾ ਤੋਂ ਓਕੇ ਹਾਂਜੀ ਹਾਂਜੀ ਬਾਕੀ ਆ ਦੇਖੋ ਕਹਿੰਦੇ ਜੀ ਕਿਆ ਵਧੀਆ ਕੰਮ ਬਰਾੜ ਬਾਈ ਉਹਨਾਂ ਦਾ ਟਰੈਕਟਰ ਹੈ ਓਏ ਹੋਏ ਕਿਆ ਬਾਤ ਹੈ ਕਿਆ ਬਾਤ ਹੈ ਬਾਕੀ ਮੁੰਡੇ ਵੀਡੀਓ ਵਧੀਆ ਲੱਗਦੀ ਹੋਵੇ ਲਾਈਕ ਜ਼ਰੂਰ ਕਰਿਓ ਠੀਕ ਹੈ ਅੱਜ ਦੀ ਵੀਡੀਓ ਥੋੜ੍ਹੀ ਜਿਹੀ ਬਹੁਤ ਜ਼ਿਆਦਾ ਥੋੜ੍ਹੀ ਜਿਹੀ ਬਹੁਤ ਜ਼ਿਆਦਾ ਲੰਮੀ ਹੋਊਗੀ ਲਓ ਜੀ ਬਰਾੜ ਬਾਈ ਵੀ ਕਹਿੰਦੇ ਲਾਲਾ ਦੇਖਦੇ ਆ ਟਰੈਕਟਰ ਆਪਣੇ ਨਾਲ ਨਾਲ ਬਾਕੀ ਆ ਦੇਖੋ ਮੁੰਡੇ ਕਹਿੰਦੇ ਫਲਾਈਟ ਲੰਘਦੀ ਕਿੱਡੀ ਘੈਂਟ ਚੀਜ਼ ਲੱਗਦੀ ਕੰਮ ਹਨਾ ਉੱਕੇ ਰਿਪੋਰਟ ਲੱਗਦੀ ਸਾਰੇ ਟਰੈਕਟਰ ਲਾ ਲਓ ਨਾ ਜੇ ਖਿੱਚਣੀ ਫੋਟੋ ਬੈਕ ਕਰਕੇ ਉੱਥੇ ਕਿਦੂਗਾ ਜ਼ਿਆਦਾ ਆਪਾਂ ਖੇਡਣੀ ਹੋਣਾ ਲਾ ਲਓ ਆਇਓ ਆਇਓ ਲਾ ਲਓ ਬੈਠਾ ਨਾ ਦੰਦਾ ਨਹੀਂ ਕੋਈ ਇੱਕ ਤਾਂ ਰੱਖ ਲਓ ਟਰਾਲੀ ਨਹੀਂ ਨਹੀਂ ਲਾ ਲਓ ਇਹਨਾਂ ਟਰਾਲੀਆਂ ਵੀ ਲਾ ਲਓ ਕੋਈ ਚੱਕਰ ਨਹੀਂ ਇਦਾਂ ਦੀ ਲਾ ਲਓ ਮੇਰੇ ਨਾਲ ਪੈਂਕੇ ਬਹੁਤ ਆ ਜਾਂਦਾ
ਜਾਂਦਾ 150 ਪਿੰਗ ਆਈ ਜਾਂਦਾ ਲਾ ਬਸ ਆ ਉਹਨਾਂ ਨੇ ਐਡ ਕੀਤਾ ਸੀ ਇੰਨਾ ਕਿ ਪਿੰਗ ਤੈਨੂੰ ਕੀ ਕਹਿੰਦਾ ਕਿਉਂ ਨਹੀਂ ਕਹਿੰਦਾ ਤੁਹਾਡੇ ਸਾਰਿਆਂ ਨੇ ਫੋਟੋ ਲਾਈ ਸੀ ਕਿਵੇਂ ਚੱਲੀ ਜਾਂਦੇ ਐ ਲੱਗਦਾ ਵੀ ਟਰਾਲੀ ਦਾ ਲੱਗਦਾ ਬਣਾਉਂਦੇ ਹੋਣੇ ਨਾ ਹਾਂ ਦੇਖ ਕਿਵੇਂ ਜਾਂਦੇ ਟਰੈਕਟਰ ਬਾਈ ਐਕਸਕਲੂਸਿਵ ਕੰਟੈਂਟ ਲਾ ਜੀ ਚੱਲੀ ਜਾਂਦਾ ਓਕੇ ਰਿਪੋਰਟ ਆ ਕੰਮ ਲਾਈਵ ਨਹੀਂ ਲਾਈਵ ਆ ਕਿ ਦੇਖੋ ਕੀ ਆ ਲਾਈਵ ਤਾਂ ਨਹੀਂ ਹੈਗਾ ਵੀਡੀਓ ਰਿਕਾਰਡ ਕਰਨੀ ਸੀ ਇਹਨਾਂ ਨੇ ਲਓ ਵੀ ਮੁੰਡਿਓ ਲਾਈਕ ਜ਼ਰੂਰ ਕਰਿਓ ਲਾਈਕ ਕਿਤੇ ਕੀ ਮੇਰੇ ਸਾਰੇ ਇਕੱਠੇ ਹੋਏ ਵੀ ਲਓ ਜੀ ਮੁੰਡਿਓ ਆਪਾਂ ਹੁਣ ਉੱਤਰ ਜਾਈਏ ਆਪਾਂ ਫੋਟੋ ਖਿੱਚ ਲਈਏ ਇੱਕ ਸੋਹਣੀ ਜੀ ਕਹਿੰਦੇ ਨਹੀਂ ਲਾਏ ਬੈਗ ਭਾਈ ਲਾ ਲਓ ਆ ਜਾਓ ਠੀਕ ਹੈ ਇੱਥੇ ਲਾ ਲੈ ਉਹ ਮੈਨੂੰ ਲਾ ਲਓ ਉਧਰ ਲਾ ਲੈ ਹਾਂ ਬਾ ਠੀਕ ਉੱਥੇ ਨਹੀਂ ਉੱਥੇ ਵੀ ਦਿਖੀ ਜਾਂਦੇ ਆ ਦਿਖੀ ਜਾਂਦੇ ਨਾਲ ਉੱਥੇ ਵੀ ਕੋਈ ਚੱਕਰ ਨਹੀਂ ਓਕੇ ਓਕੇ ਉੱਥੇ ਲਾ ਲਓ ਜੇ ਮਰਜ਼ੀ ਕਰ ਲਓ ਜੋ ਦਿਲ ਕਰਦਾ ਓਏ ਇਹਨੂੰ ਜੀਪ ਕਿਨੇ ਫੜਾ ਲਈ ਟਰੈਕਟਰਾਂ ਦੇ ਵਿੱਚ ਮਾਰ ਲਾ ਬੰਦਾ ਮੈਂ ਤਾਂ ਸਿੰਪਲ ਸ਼ਾਰਟਸ ਵਗੈਰਾ ਇਸ ਤੋਂ ਲਾ ਇਹਨਾਂ ਨੂੰ ਮੈਨੂੰ ਐ ਦੱਸੋ ਵੀ ਇਹਨਾਂ ਨੂੰ ਉਹੀ ਚੀਜ਼ਾਂ ਚੱਲਦੀਆਂ ਹਮ ਕਮਲੇ ਹੋਏ ਪਏ ਆ ਜੀਪ ਮੇਰੀ ਸੀਗੀ ਯਾਰ ਇੱਕ ਆ ਬੰਦਾ ਪਤਾ ਨਹੀਂ ਕਿਹੜਾ ਇਹਨੂੰ ਇਹਦਾ ਇੰਜਣ ਕਿਹੜਾ ਸਟੇਸ਼ਨ ਫੜਿਆ ਵਿੱਚ ਰੌਲਾ ਪਾਈ ਜਾਂਦਾ ਇਹ ਇਹਨਾਂ ਨੇ ਲੱਗਦਾ ਕਿਸੇ ਹੋਰ ਦੇ ਨਾਲ ਕਾਲ ਤੇ ਐਡ ਕਰ ਲਿਆ ਨਹੀਂ ਉਹ ਸਰਵਰ ਤੇ ਜਾਣਾ ਪੈਣਾ ਇੱਕ ਮਿੰਟ ਦੀ ਆਪ ਦੇਖਦੇ ਆ ਦੀ ਜੇ ਸੈਟਿੰਗ ਚ ਆਵਾਜ਼ ਘਟ ਜਾਏ ਨਾ ਖੇਡਣਾ ਹੀ ਹੁਣ ਤੇਰੇ ਨਾਲ ਵੀ ਤਾਂ ਗੇਮ ਹੈਗੀ ਆ ਗੇਮ ਤਾਂ ਤੁਹਾਡੀ ਆ ਤੁਹਾਨੂੰ ਇਹਨਾਂ ਖੇਡਾਂ ਵਿੱਚ ਫਾਇਦਾ ਕੀ ਇੱਕ ਮਿੰਟ ਯਾਰ ਇਹਨਾਂ ਨੂੰ ਆਵਾਜ਼ ਹਟਾਵਾਂ ਨਹੀਂ ਨਹੀਂ ਇਹ ਕੱਤ ਕੇ ਫ੍ਰੀ ਆ ਤੁਸੀਂ ਧਿਆਨ ਨਾਲ ਬੈਕ ਲੈ ਧਿਆਨ ਨਾਲ ਬੰਦਾ ਨਾ ਨਾ ਥੱਲੇ ਆ ਜੇ ਚੱਲ ਹੁਣ ਸ਼ਾਇਦ ਇਹਦੀ ਆਵਾਜ਼ ਬੰਦ ਹੈ ਖਤਮ ਹੈ ਤਾਂ ਉਹ ਵੇਖੀ ਬੰਦਾ ਰਖੜਤਾ ਉਹ ਸੁੱਖ ਬੋਲੀ ਉਹ ਕਿਹ ਕਿੱਧਰ ਬੋਲੀ ਜਾਂਦਾ ਉਹਦੀ ਆਵਾਜ਼ ਜੀ ਘਟਾ ਸਕਦੇ ਠੀਕ ਹੈ ਜੇ ਘਟਾਉਣੀ ਹੋਵੇ ਗੇਮ ਮੈਂ ਬੰਦ ਕਰ ਉਹਨੂੰ ਕਹਿ ਰਹੇ ਤੂੰ ਯਾਰ ਮਾੜਾ ਜਿਹਾ ਆਪ ਆਪਣੇ ਚ ਘਟਾ ਦੇਣਾ ਬੈਕ ਜਾ ਕੇ ਆ ਆ ਹੋਏ ਜੋ ਮਾਰਿਆ ਵਿੱਚ ਬਲਾ ਜੀ ਜੀ ਮਾਰੀ ਟ੍ਰੈਕ ਵਾਲੇ ਤੂੰ ਨਾ ਗੇਅਰ ਛੋਟਾ ਲਾ ਮੇਰਾ ਭਰਾ ਹੈ ਭਾਈ ਆਦੀ ਨਹੀਂ ਫੋਟੋ ਖਿੱਚ ਸਕਦੇ ਉਹ ਨਹੀਂ ਤੂੰ ਸਾਨੂੰ ਫੜਾ ਦੇ ਅੱਜ ਲਾ ਦਾਂਗੇ ਖਿੱਚ ਲੋ ਜਿਹਨੇ ਖਿੱਚਣੀ ਖਿੱਚੀ ਹੋਣੀ ਜਾਂਦੀ ਓਏ ਨਾਰਮਲ ਖਿੱਚ ਲੋ ਨਾ ਓਕੇ ਹਾਂਜੀ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਤੁਹਾਡੇ ਕੋਲ ਹੋਊਗਾ ਸੇਵ ਕੀਤੀ ਫਾਈਲ ਭੇਜ ਦੂੰਗਾ ਤੁਸੀਂ ਖੜਾ ਕੇ ਕਰ ਸਕਦੇ ਕੋਈ ਨਹੀਂ ਉਹ ਮੇਰੇ ਨਾਲ ਨਹੀਂ ਨਾਲ ਨਹੀਂ ਬੰਦਾ ਪਿੱਛੇ ਰਹਿ ਪੜਾ ਲਓ ਜੀ ਫੋਟੋਆਂ ਫਟਾਵਾਂ ਤੇ ਖਿੱਚੀ ਜਾਂਦੀਆਂ ਸਾਰਾ ਕੁਝ ਚੱਲੀ ਜਾਂਦਾ ਕੰਮ ਹੋ ਕੇ ਰਿਪੋਰਟਾਂ ਦੇਖ 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 ਫੇਰ ਇਹ ਪਾਸੇ ਓਏ ਯਾਰ ਇਹ ਜਵਾਕ ਤੋਂ ਪਹਿਲਾਂ ਟਰੈਕਟਰ ਬਾਕੀ ਕੋਈ ਨਹੀਂ ਮੁੰਡਿਓ ਤੇ ਚੱਲੀ ਜਾਂਦਾ ਉਹ ਲਾਈ ਚੱਲੋ ਕਿੱਧਰ ਕਿੱਧਰ ਯਾਰ ਇਹ ਫਾਰਮ ਟਰੈਕ ਵਾਲਾ ਓਏ ਤੂੰ ਹੌਲੀ 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 ਮੇਰਾ ਵੀਰ ਸਾਡੇ ਟਰੈਕਟਰ ਸਹੀ ਆ ਸਾਡੇ ਡਰਾਈਵਰ ਹੀ ਸਾਨੂੰ ਕਹਿੰਦੇ ਮਾਰੀ ਨਾ ਓਏ ਵਿੱਚ ਧਿਆਨ ਨਾਲ ਮੈਂ ਤਾਂ ਕਹਿੰਦਾ ਖੋਲੋ ਟਰੈਕਟਰ ਨੂੰ ਨਹੀਂ ਆਉਂਦਾ ਓਏ ਇਹਨੂੰ ਪਹਿਲਾਂ ਕੋਈ ਸਕੂਟਰੀ ਦੀ ਚਾਬੀ ਲੈ ਦੱਸ ਇਹ ਡਰਾਈਵਰ ਬਣਨਗੇ
ਕਮਾਲ ਹੋਈ ਪਈ ਆ। ਬਾਕੀ ਮੁੰਡਿਓ ਆਪਾਂ ਇੱਥੇ ਹੁਣ ਇੱਥੇ ਹਾਲੇ ਰਵਾਂਗੇ ਅੱਜ, ਠੀਕ ਹੈ। ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਹਾਂ ਇੱਥੇ ਖਤਮ। ਵੀਡੀਓ ਆਪਣੀ ਅੱਜ ਦੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ, ਚੈਨਲ ਨੂੰ ਜ਼ਰੂਰ ਸਪੋਰਟ। ਜੇ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਬਖਸ਼ਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ।